ਲਿਆ ਦੂਆ ਡਰਾਮ ਵੀ ਲਿਆ। ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਵੀਡੀਓ ਦੇਖ ਰਹੇ ਹੈ ਸਾਰੇ ਸੱਜਣ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦਾ ਸਭ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ। ਅਤੇ ਅੱਜ 31 ਤਰੀਕ ਹੈ ਜੀ, 31 ਦਸੰਬਰ। ਇਹ ਬਲੌਗ ਹੈ ਜਿਹੜਾ ਇੱਕ ਦਿਨ ਲੇਟ ਆਉਣਾ ਸੀ, ਤਾਂ ਕਰਕੇ ਨਵੇਂ ਸਾਲ ਦੀਆਂ ਜਿਹੜੀਆਂ ਆਪਾਂ ਨੇ ਮੁਬਾਰਕਾਂ ਤੁਹਾਨੂੰ ਦਿੱਤੀਆਂ ਜੀ। ਅਤੇ ਚਾਲੇ ਪਾਉਣ ਲੱਗੇ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ। ਦੁੱਧ ਦੀ ਸੇਵਾ ਜਿਹੜੀ ਉਹ ਆਪਾਂ ਨੇ ਕਰ ਲਈ ਅਤੇ ਟਰਾਲੀ ਦੇ ਵਿੱਚ ਲੋਡ ਕਰ ਲਿਆ, ਅਤੇ ਬਾਕੀ ਨਾਲ ਸਾਡੇ ਪਿੰਡ ਦੇ ਸੇਵਾਦਾਰ ਨੌਜਵਾਨ ਦੁੱਧ ਦੀ ਸੇਵਾ ਪੂਰੀ ਨਿਭਾ ਰਹੇ ਹਾਂ। ਇੱਕ ਮਤਲਬ ਪੂਰਾ ਇੰਸਪਾਇਰ ਹੈ ਸਾਡੇ ਪਿੰਡ ਦੇ ਹੋਰ ਜਿਹੜੇ ਛੋਟੇ ਇੰਸਪੀਰੇਸ਼ਨ ਦਾ ਕੰਮ ਕਰ ਰਹੇ ਹਾਂ। ਅਤੇ ਬਾਕੀ ਚੱਲਦੇ ਹਾਂ ਹੁਣ ਫਤਿਹਗੜ੍ਹ ਸਾਹਿਬ ਨੂੰ, ਇੱਕ ਟਰਾਲੀ ਭਰ ਕੇ ਉੱਧਰ ਖੜੀਏ ਦੂਜੇ ਸਕੂਲ ਕੋਲ, ਅਤੇ ਜਿੰਨੇ ਵੀ ਇੱਥੇ ਮਤਲਬ ਆਉਣਾ ਸੰਗਤਾਂ ਨੇ ਤਾਂ ਉਹਨਾਂ ਨੂੰ ਬਿਠਾ ਕੇ ਹੁਣ ਚੱਲਦੇ ਹਾਂ। ਤਿਆਰੀ ਫਿਰ ਕੱਲ ਤੈਨੂੰ ਫੈਨ ਬੜੇ ਮਿਲਣਾ ਆ। ਲੋ ਜੀ ਡਿੰਪਾ ਚਾ ਵੀ ਆ ਗਿਆ, ਉਹ ਸੁਣਾ ਚ ਠੀਕ ਹੈ। ਉਹ ਬੈਠ ਗਏ ਟਰਾਲੀ ਚ, ਬਾਕੀ ਕਿੰਨੇ ਕੁ ਰਹਿ ਗਏ ਹੋਰ? ਬਸ ਇੱਕ ਰਹਿ ਗਿਆ। ਚਲ ਆ ਟਰਾਲੀ ਚ ਬਿਠਾ ਦਿੰਦੇ। ਲੋਈ ਨਹੀਂ ਤਾਰਦਾ ਇਹ ਬੰਦੇ, ਲੋਈ ਪਤਾ ਨਹੀਂ ਕਿਆ ਫੈਵਰੇਟ ਹੈ। ਗਏ ਆ ਜੀ ਕਿਤੇ ਪ੍ਰੋਗਰਾਮ ਤੇ, ਤੇ ਚਾਚਾ ਜੀ ਕਮਾਲ ਮੈਨੂੰ ਸਵੇਰੀ ਕਹਿਣ ਲੱਗੇ ਕਹਿੰਦਾ ਆਹ ਚਲਾਈ ਇਧਰਲੇ ਪਾਸੇ ਜਿਹੜਾ ਬੈਠਾ ਦੇਖਿਆ ਉਹ ਲੱਗਦਾ ਸੀਸੇ ਦੇ ਉਹਲੇ, ਇਹਨੂੰ ਪਤਾ ਕੋਈ ਨਾ ਕੋਈ। ਅੱਜ ਮੈਨੂੰ ਪਤਾ ਸਵੇਰੇ ਕੀ ਕਹਿੰਦਾ, ਕਹਿੰਦਾ ਤੂੰ ਦੂਆ ਟਰੈਕਟਰ ਲੈ ਕੇ ਜਾਈ ਆ ਨਾ ਚਲਾਈ ਅੱਜ। ਚਾਚਾ ਜੀ ਕਹਿੰਦਾ ਮੇਰੇ ਆਏ ਕਰਦਾ ਵੀ ਮੇਰੇ ਹੱਥ ਨਹੀਂ ਲੱਗਦਾ, ਹੋਰ ਗੱਲ ਕੋਈ ਨਹੀਂ, ਐ ਬਹਾਨਾ ਲਾ ਦਿੰਦਾ। ਬਹਾਨਾ ਲਾ ਦਿੰਦਾ, ਬਹਾਨਾ ਲਾਉਂਦਾ, ਕਦੇ ਉਹ ਨਹੀਂ ਚਲਾਉਣਾ ਉਹ ਚਲਾਉਣਾ ਮੇਰੇ ਹੱਥ ਨਹੀਂ ਲੱਗਦਾ, ਚਲਾ ਸਾਰੇ ਲਾਉਂਦਾ ਚਲਾ ਸਾਰੇ। ਮਿਲ ਗਈ ਉਹ ਪੱਲੀ ਨੂੰ ਨਾ ਦੱਬ ਕੇ ਰੱਖਿਓ ਠੀਕ ਹੈ ਪਿੱਛੇ ਤੇ। ਦਾ ਬੈਠੇ ਹੀ ਹਾਂ ਠੀਕ ਠਾਕ ਹੈ। ਆਇਆ ਕਮਾ ਕੇ ਲਈਏ, ਸੇਵਾ ਕਰਾ ਦੀ ਤੂੰ ਵੀ ਥੋੜੀ ਜੀ। ਕਿੱਥੇ ਖੇੜੇ ਚੱਲੇ ਹੁਣ? ਸੋਨੀ ਬਾਈ ਹੈ ਜੀ, ਪਛਾਣ ਚ ਨਹੀਂ ਆ ਰਿਹਾ ਵੈਸੇ, ਮੂੰਹ ਸਿਰ ਲਪੇਟਿਆ ਵਾ ਆਪਣੇ। ਹੁਣ ਪਰਸੋਂ ਨੂੰ 2 ਤਰੀਕ ਤੇ ਠੀਕ ਹੈ ਨਵਾਂ ਸਾਲ, ਫਿਰ ਕਿੱਧਰ? ਅੱਛਾ ਖੇੜੇ ਵਿੱਕੀ ਦਿਓ ਇੰਨਾ, ਕਿੰਨਾ ਕੰਮ ਤਾਂ ਤੈਨੂੰ 3-4 ਦਿਨ ਹੋ ਗਏ ਤਾਂ ਚੱਲਦੇ ਨੂੰ ਰਿਫੀਲ ਰਿਪੇਅਰ ਵੀ ਕਰਤੀ ਲਾਦਿਆ ਲੀਵਰ ਮਲਕ ਮਲਕ ਕਰੀ ਜਾਣਾ ਤੂੰ ਕੰਮ ਪਹੁੰਚ ਗਏ ਜੀ ਸ੍ਰੀ ਫਤਿਹਗੜ੍ਹ ਸਾਹਿਬ। ਤੇ ਅੱਜ ਦਿਨ ਐਤਵਾਰ ਦਾ ਹੋਣ ਕਰਕੇ ਰਸ਼ ਬਹੁਤ ਆ, ਕਿਉਂਕਿ ਡਿਊਟੀ ਵਾਲੇ ਬੰਦੇ ਨੇ ਜਿਹੜੇ ਉਹਨਾਂ ਨੂੰ ਛੁੱਟੀ ਹੈ ਤਾਂ ਉਹਨਾਂ ਦਾ ਵੀ ਉਪਰਾਲਾ ਹੋ ਜਾਂਦਾ। ਤੇ ਸਿੰਮੂ ਬਹੁਤ ਔਖਾ ਦੁੱਧ ਲੰਘਣ ਦਿੱਤਾ ਅੱਜ ਵੀ ਟਰਾਲੀ ਉਹਦੇ ਨੂੰ, ਤੰਗ ਜੀ ਲਏ ਅੱਜ ਪੂਰੀ ਘੰਟੇ ਡੇਢ ਘੰਟੇ ਦੀ ਮੁਸੱਦਤ ਤੋਂ ਬਾਅਦ ਹੁਣ ਟਰੈਕਟਰ ਖੜਾ ਕੇ ਆਏ ਜੀ। ਇੱਧਰ ਗੰਨੇ ਦਾ ਲੰਗਰ ਚੱਲ ਰਿਹਾ, ਪਾਈਆਂ ਦੀ ਸਮਾਪਤੀ ਹੋ ਗਈ ਲੱਗਦਾ ਹੈ ਨਾ ਅੱਜ ਇਹਨਾਂ ਦੀ ਇਹ।
ਆ ਫੜੋ ਚਾਬੀ ਮਿਲਦਾ, ਚਾਬੀ ਫੜ, ਟਰੈਕਟਰ ਉਹਦੇ ਪਿੱਛੇ ਹੀ ਲੈ ਆਉਂਦਾ ਮੈਂ। ਤੇ ਚਾਹ ਦਾ ਲੰਗਰ ਚੱਲ ਰਿਹਾ ਜੀ ਫਿਲਹਾਲ, ਸਵੇਰ ਦਾ ਟਾਈਮ, ਚਾਚਾ ਖੋਲੀ ਇਹਦਾ ਬੁੱਗੇ ਦਾਸ ਫੜਾਈ ਹੁਣ ਕੱਢ ਕੇ। ਲਓ ਜੀ ਕਰਤਾ ਪ੍ਰਸ਼ਾਦੇ ਦਾ ਲੰਗਰ ਤਿਆਰ, ਤੇ ਸੇਵਾਦਾਰ ਜੁਟੇ ਪਏ ਕੰਮ ਨੂੰ, ਤੇ ਸਬਜ਼ੀ ਤਿਆਰ ਹੋ ਰਹੀ ਹੈ, ਸ਼ਿਮੂ ਖੀਰ ਤਿਆਰ ਹੋ ਰਹੀ ਜੀ, ਹੋਰ ਬਾਕੀ ਮਤਲਬ ਇੱਕ ਇੱਕ ਕੜਾਹਾ ਬਣ ਗਿਆ। ਇਹਦੇ ਬਾਰੇ ਮਤਲਬ ਕੁਛ ਜਾਣਕਾਰੀ ਦਿੰਦੇ ਆ। ਅੱਛਾ ਉਹ ਬਾਈ ਨੂੰ ਪੁੱਛੀਏ ਮਾੜਾ ਜਿਹਾ। ਲਓ ਜੀ ਇੱਧਰ ਤਿਆਰ ਹੈ। ਅੱਛਾ ਹੋਰ ਮਾਲੀ ਰੋਟੀ ਹੈ, ਇਹ ਇਹ ਆਟੇ ਦੇ ਵਿੱਚ ਕੁਛ ਹੋਰ ਵੀ ਮਿਕਸ ਹੁੰਦਾ? ਮੈਦਾ। ਤਾਂ ਮਤਲਬ ਇਹ ਹੁਣ ਤੁਸੀਂ ਕਿੰਨੇ ਕਿਲੋ ਆਟਾ ਲਿਆ ਤਾ? 50 ਕਿਲੋ? ਕਿੰਨੇ ਚ? 45 ਕਿਲੋ ਚ 5 ਕਿਲੋ ਮੈਦਾ ਪਾਉਂਦੇ ਆ। ਗੁੰਨਣ ਦਾ ਸਿਸਟਮ ਸੇਮ ਹੈ ਜਿਵੇਂ ਆਪਾਂ ਆਟਾ ਗੁੰਨਦੇ ਹਾਂ ਨਾ, ਉਵੇਂ ਹੀ ਠੀਕ ਹੈ। ਉਹ ਤੋਂ ਬਾਅਦ ਪੇੜਿਆਂ ਦਾ ਤੁਹਾਡਾ ਹੱਥ ਟਿਕਿਆ ਵਾ ਨਾ, ਵੀ ਬਸ ਏਡਾ ਪੇੜਾ ਚਾਹੀਦਾ। ਮਤਲਬ ਆਟਾ ਪਤਲਾ ਕਰਦੇ ਆ ਇਹਦੇ ਨਾਲ? ਫਿਰ ਤੁਸੀਂ ਪਤਲਾ ਰਹਿੰਦਾ ਹੈ ਨਾ ਆਟਾ ਫਿਰ ਅੱਗੇ। ਕਿਆ ਬਾਤ ਹੈ ਜੀ, ਉਨੀ ਦੂਰੀ ਹੋਈ ਜਾਂਦੀ ਹੈ। ਇਹ ਗੱਬਾ ਤੁਸੀਂ ਮੋਟਾ ਰੱਖਦੇ ਹੋਣੇ ਪਹਿਲਾਂ ਰੋਟੀ ਦਾ ਸੈਂਟਰ ਮੇਂ ਸੇ, ਹੈ ਨਾ? ਫਿਰ ਤਾਂ ਹੀ ਉਹ ਜਦੋਂ ਹੱਥ ਨਾਲ ਤੁਸੀਂ ਐਂ ਚੱਕਦੇ ਹੋ ਫਿਰ ਉਹ ਪਤਲੀ ਹੋਈ ਜਾਂਦੀ ਹੈ। ਦਾਦਾ ਤਿਆਰ ਹੋ ਰਿਹਾ, ਦੇਖਿਓ ਹੁਣ ਇਹਨੇ ਸਾਈਡਾਂ ਟੱਪਤੀਆਂ ਅਤੇ ਉਹ ਮਤਲਬ ਸੈਂਟਰ ਜਿਹੜਾ ਇਹਦਾ ਮੋਟਾ ਹੀ ਰਹਿੰਦਾ ਹੈ। ਗੱਬੇ ਤੋਂ ਆਟਾ ਮਤਲਬ ਜ਼ਿਆਦਾ ਰਹੂਗਾ ਗੱਬੇ ਪਾਸੇ ਦੀ। ਦੇਖੋ ਪ੍ਰੋਸੈਸ ਇਹਨੇ ਆਉਣ ਵਾਲੇ ਟਾਈਮ ਦੇ ਵਿੱਚ, ਮਤਲਬ ਆਉਣ ਵਾਲੇ ਟਾਈਮ 'ਚ ਕੀ ਹੁਣੀ ਫਿਲਹਾਲ ਵਿਆਹਾਂ ਦੇ ਵਿੱਚ ਜਿਹੜਾ ਆਪਾਂ ਨਾਨ ਕਰਦੇ ਹਾਂ ਹੈ ਨਾ, ਤੰਦੂਰੀ ਰੋਟੀ ਕਰਦੇ ਹਾਂ, ਉਹ ਉਹਦੀ ਜਗ੍ਹਾ ਲੈ ਲੈਣੀ ਹੈ ਰੋਟੀ ਨੇ, ਰੁਮਾਲੀ ਰੋਟੀ ਨੇ। ਇੱਕ ਤਾਂ ਮਤਲਬ ਹੁਣ ਜਿਵੇਂ ਕਟਿੰਗ ਵੀ ਕਰ ਦੇਣੀ ਇਹਨਾਂ ਨੇ, ਇਹ ਠੰਡੀ ਨਹੀਂ ਹੁੰਦੀ ਸ਼ਾਮ ਤਾਈਂ, ਚਾਹੇ ਢੱਕੋ ਚਾਹੇ ਨਾ ਵੀ ਢੱਕੋ, ਕਿਉਂਕਿ ਤੈਅ ਐਡੀ ਮੋਟੀ ਬਣਾ ਦਿੰਦੇ ਆ ਇਹ। ਲੈ ਜਿਹੜਾ ਦੂਸਰਾ ਬੰਦਾ ਐਕਸ਼ਨ ਮਾਰ ਦਿੱਤਾ ਉਹ ਚਲੇ ਗਿਆ ਹੈ, ਜਿਹੜਾ ਦੂਸਰਾ ਬੰਦਾ ਰੋਟੀ ਘੁਮਾਉਂਦਾ ਤਾ ਚਲੇ ਗਿਆ ਹੈ। ਦੇਖੋ ਹੱਥ ਟਿਕੇ ਦੀ ਗੱਲ ਹੈ। ਇਸ ਵਾਰ ਟੋਟਲੀ ਲੰਗਰਾਂ ਦੇ ਵਿੱਚ ਜ਼ਿਆਦਾਤਰ ਮਾਲੀ ਰੋਟੀ ਕੀਤੀ ਗਈ ਹੈ, ਕਿਉਂਕਿ ਦੂਜਾ ਪ੍ਰਸ਼ਾਦਾ ਫਿਰ ਠੰਡਾ ਵੀ ਹੁੰਦਾ ਤਾ, ਕਿਉਂਕਿ ਇਹਨਾਂ ਨੇ ਹੁਣ ਦੁਪਹਿਰ ਤੱਕ ਆਪਣੀ ਬਣਾ ਕੇ ਜਿਹੜਾ ਚੱਲ ਜਾਣਾ। ਸਵੇਰੇ ਇਹ ਸਵੇਰੇ ਕਿੰਨੇ 5 ਵਜੇ ਲੱਗ ਗਏ ਤੇ ਜਾਂ 5 ਤੋਂ ਵੀ ਪਹਿਲਾਂ ਆ ਗਏ ਤੇ? 5 ਕੁ ਵਜੇ 5:30 ਵਜੇ ਸਵੇਰੇ ਇਹ ਆ ਜਾਂਦੇ ਆ, ਜਾਣੀ 6 ਕੁ ਵਜੇ ਤੋਂ ਪਹਿਲਾਂ ਇਹ ਆਪਣਾ ਰੋਟੀ ਦਾ ਜਿਹੜਾ ਵਰਕ ਹੈ ਸਟਾਰਟ ਕਰ ਦਿੰਦੇ ਆ। ਜਦ ਨੂੰ ਲੰਗਰ ਆਪਣਾ ਤਿਆਰ ਹੁੰਦਾ, ਸਬਜ਼ੀਆਂ ਤਿਆਰ ਹੁੰਦੀਆਂ 9 ਕੁ ਵਜੇ ਨੂੰ ਅਰਦਾਸ ਕਰਾ ਕੇ, ਉਸ ਤੋਂ ਬਾਅਦ ਜਾਣੀ ਪ੍ਰਸ਼ਾਦੇ ਤਿਆਰ ਹੁੰਦੇ ਆ। ਜਦ ਤੋਂ ਬਾਅਦ ਇਹ ਹੁਣ ਮਤਲਬ ਦੂਸਰੀ ਵਾਰ ਲੱਗਿਆ ਬਣਾਉਣ, ਪਹਿਲਾਂ ਵਾਲਾ ਕੋਠਾ ਪੂਰਾ ਕਰਤਾ, 2 ਡੇਗਿਆਂ ਦੇ ਵਿੱਚ ਪ੍ਰਸ਼ਾਦੇ ਪਏ ਅੰਦਰ। ਆਹ ਭਰਿਆ ਪਿਆ ਇੱਧਰ, ਅੱਜ ਇੱਧਰੋਂ ਪਾ ਲਓ, ਇੱਧਰ ਵੀ ਪਏ ਆ ਹਲੇ। ਤੇ ਇਹ ਪ੍ਰੋਸੈਸ ਹੈ ਜੀ ਪ੍ਰਸ਼ਾਦਿਆਂ ਦਾ। ਮਹਾਂ ਆਪਾਂ ਜੇ ਕਦੇ ਛੋਟੀ ਜਿਹੀ ਰੋਟੀ ਬਣਾਉਣ ਲੱਗਦੇ ਹਾਂ ਆਪਾਂ ਤਾਂ ਉਹੀ ਨਹੀਂ ਲੋਟ ਆਉਂਦੀ ਹੈ ਨਾ, ਛੋਟੀ ਜਿਹੀ ਵੀ ਬਿਨਾਂ ਨਾ ਹਿਸਾਬ ਕਿਤਾਬ ਤੋਂ। ਬਿਲਕੁਲ ਬਿਲਕੁਲ ਇੱਧਰ ਪਾਣੀ ਗਰਮ ਹੁੰਦਾ ਜੀ, ਇਹ ਪਾਣੀ ਗਰਮ ਹੈ ਜਿਹੜਾ ਉੱਧਰ ਭਾਂਡੇ ਮਾਂਜਣ ਲਈ ਕੰਮ ਕਰ ਰਿਹਾ ਹੈ ਬਾਈ ਜੀ ਬਾਈ। ਤੁਸੀਂ ਕਾਹਦੇ ਤੇ ਆਏ ਹੋ ਫਿਰ ਅੱਜ?
ਅੱਛਾ ਗੱਡੀ ਜਦ ਪੰਗਾ ਪਾਇਆ ਤੁਸੀਂ ਸਾਡੇ ਨਾਲ ਟੈਟੂ ਨੀ ਲੰਘਣ ਦਿੱਤਾ ਅੱਜ ਟਰਾਲੀ ਤੇ ਨੀ ਆਈ ਹੇਮ ਨੇ ਫਿਰ ਟਰਾਲੀ ਕਾਤੇ ਨੀ ਫਿਰ ਟਰੈਕਟਰ ਤਾਂ ਹੇਮ ਵਾਲਾ ਉਰੇ ਆ ਅੱਛਾ ਰਾਤ ਲੈ ਗਿਆ ਤਾ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਇੱਧਰ ਸਾਡਾ ਜਸਵੀਰ ਸਿੰਘ ਚਾਚਾ ਅੱਜ ਬੜੇ ਖੋਲ ਵੀ ਦਿੱਤੇ ਜਿਸਤਾਨੇ ਖੋ ਲੇ ਗਿਆ ਕੋਈ ਠੀਕ ਹੈ ਬੂਟ ਦੇਖਾ ਅੰਕਲ ਬੂਟ ਦੇਖਾ ਇਹ ਬਾਈ ਬੰਦਾ ਇਹ ਪੂਰਾ ਰੂਲਾਂ ਨਾਲ ਚੱਲ ਰਿਹਾ ਕਹਿੰਦਾ ਅੱਜ ਸੇਵਾ ਤਾਂ ਕਰਨੀ ਹੈ ਜੇ ਮੈਨੂੰ ਬੂਟ ਦੇਣਗੇ ਘਰ ਦੇ ਮੈਂ ਹੈਰਾਨ ਹਾਂ ਪੁਲਿਸ ਵਾਲੇ ਨੇ ਲੰਘਣ ਕਿਵੇਂ ਦਿੱਤੇ ਬੂਟ ਇਹਦੇ ਤਲਾਸ਼ੀ ਕਿਉਂ ਨਹੀਂ ਹੋਈ ਹੈ ਬੰਦੇ ਦੀ ਥਾਲੀ ਥੱਲੇ ਤੇ ਨਹੀਂ ਸਾਫ਼ ਹੁੰਦੀ ਚੰਗੀ ਤਰ੍ਹਾਂ ਐਨ ਸਾਫ਼ ਕਰਕੇ ਭੇਜਿਆ ਕਰ ਹਾਂਜੀ ਸਾਰਾ ਮਤਲਬ ਕੱਲ ਇੱਕ ਵੀਰ ਆਇਆ ਕਹਿੰਦਾ ਵੀ ਐਨ ਮਤਲਬ ਪੂਰਾ ਜਿਵੇਂ ਤੁਸੀਂ ਹਾਰਟ ਅਟੈਕ ਤੋਂ ਕੰਮ ਕਰਾਇਆ ਹੁੰਦਾ ਨਾ ਵੀ ਪ੍ਰਸ਼ਾਦੇ ਦਾ ਇੱਕ ਸਾਈਡ ਹੈਨਾ ਵੀ ਪੂਰਾ ਸਫਾਈ ਚ ਦੇਖ ਕੇ ਵੀ ਗਏ ਆ ਕਈ ਹੈਨਾ ਆਪਣੇ ਇੱਧਰ ਵੀ ਕਿਵੇਂ ਕਿਵੇਂ ਪ੍ਰਸ਼ਾਦਾ ਤਿਆਰ ਹੋਇਆ ਸਬਜ਼ੀਆਂ ਦਾ ਦੇਖਿਆ ਉਹਨਾਂ ਨੇ ਕੰਮ ਕਿਵੇਂ ਹੋ ਰਿਹਾ ਵੀ ਆਪਣਾ ਜਿਹੜਾ ਭਾਂਡਿਆਂ ਦਾ ਉਹ ਸਾਈਡ ਦੇ ਵਿੱਚ ਹੈ ਵੀ ਕੋਈ ਮਤਲਬ ਕਿਸੇ ਕਿਸਮ ਦਾ ਵੀ ਝੂਠ ਨਹੀਂ ਹੈ ਨਾ ਜ਼ਿਆਦਾਤਰ ਵਰਤੀ ਗਈ ਸੁੱਚਮ ਨਾਲ ਕੰਮ ਹੋ ਰਿਹਾ ਪੂਰਾ ਬੀਬੀਆਂ ਸਬਜ਼ੀਆਂ ਦੀ ਸੇਵਾ ਕਰਦੀਆਂ ਜਿਹੜੀਆਂ ਇੱਧਰ ਸੇਵਾ ਚੱਲਦੀ ਹੈ ਜੀ ਨਾਲ ਦੀ ਨਾਲ ਸਬਜ਼ੀਆਂ ਦੀ ਸਾਈਡ 'ਚ ਟੈਂਟ ਆ ਗਿਆ ਇੱਧਰ ਸਬਜ਼ੀਆਂ ਕੱਟਣ ਦਾ ਕੰਮ ਸਵੇਰ ਦੇ 10:30 ਦਾ ਟਾਈਮ ਹੋ ਗਿਆ ਤੇ ਅੱਜ ਐਤਵਾਰ ਕਰਕੇ ਚੱਲ ਹੁਣ ਸੇਵਾ ਨੂੰ ਚੱਕ ਚੱਲਣਾ ਪੂਰਾ ਹਨਾ ਠੀਕ ਹੈ ਕੱਲ ਪੂਰਾ 2 ਕੁਇੰਟਲ ਲੱਗ ਗਿਆ 2 ਕੁਇੰਟਲ 10 ਕਿਲੋ 2 ਕੁਇੰਟਲ 10 ਕਿਲੋ ਕੱਲ ਪਕਾਤਾ ਤਾਂ ਇਹਨਾਂ ਨੇ ਦੇਖ ਲਓ ਵੀ 2.5 ਕੁਇੰਟਲ ਦੇ ਬਰੇਕ ਕਹਿੰਦੇ ਵੀ ਅੱਜ ਬਣ ਜਾਣਾ ਹਾਂ ਸੰਗਤ ਅੱਜ ਜ਼ਿਆਦਾ ਹੋਊਗੀ ਥੋੜ੍ਹੀ ਐਤਵਾਰ ਕਰਕੇ ਸੰਡੇ ਕਰਕੇ ਨਹੀਂ ਭੱਠੀ ਤੇ 8 ਤੋਂ 10 ਬੰਦੇ ਰੁੱਧੇ ਰਹਿੰਦੇ ਆ ਬਾਲਣ ਲਿਆਓ ਬਈ ਐਤਕੀ ਬਾਲਣ ਵੀ ਕਿੰਨਾ ਬਚਿਆ ਪਿਆ ਆਪਣੇ ਕੋਲ ਬਾਲਣ ਸਿਰਫ ਇੱਧਰ ਕੰਮ ਆ ਰਿਹਾ ਸਬਜ਼ੀਆਂ ਵਾਸਤੇ ਇਹ ਤਾਂ ਹਾਂ ਜੀ ਸਿਲੰਡਰ ਲੱਗਿਆ ਵਾ ਜੀ ਹੋਰ ਪੇੜਾ ਕਿੰਨੇ ਕਿਲੋ ਦਾ ਨਿਕਲ ਜਾਂਦਾ ਸਵਾ ਕਿਲੋ ਦਾ ਪੇੜਾ ਜਾਂਦਾ 1.25 ਕਿਲੋ ਦਾ 2 ਬੰਦੇ ਹੀ ਨਹੀਂ ਗੇੜਾ ਪੈਣ ਦਿੰਦੇ ਇੰਨੀ ਛੇਤੀ ਛੋਟੀ ਰੋਟੀ ਨਹੀਂ ਬਣਦੀ ਜਿੰਨੀ ਛੇਤੀ ਬੜੀ ਬਣ ਜਾਂਦੀ ਹੈ ਹਨਾ ਕੱਢਦੇ ਮਿਕਸ ਜਿਹਾ ਕਰ ਲਾ ਮਿਕਸ ਜਿਹਾ
ਪਿੱਛੇ ਦੂਆ ਪੁਰਾਣਾ ਕਰਸੀ ਜੀ ਮਾਰ ਲਾ ਇੱਕ ਵਾਰ। ਬਰਤਨ ਲੈ ਕੇ ਜੀ, ਬਰਤਨ ਲੈ ਕੇ, ਅਚਾਰ ਲੈ ਕੇ ਜੀ, ਅਚਾਰ ਲੈ ਲਿਓ ਜੀ। ਲਓ ਜੀ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਲੰਗਰ ਚ ਸੇਵਾ ਕਰਦੇ ਪਿੰਡ ਜਸਿੰਦਰਗੜ੍ਹ ਦੇ ਨੌਜਵਾਨ। ਡਿਊਟੀਆਂ ਉਹਦੇ ਵੀ ਪੂਰੀਆਂ ਸਖ਼ਤ ਰਹਿੰਦੀਆਂ, ਬੰਦਾ ਐਕਟਿਵ ਰਹਿਣਾ ਪੈਂਦਾ ਪੂਰਾ ਹੱਕ ਹੈ। ਮੈਂ ਡਿਊਟੀਆਂ ਸਖ਼ਤ ਹੈ ਪੂਰੀਆਂ ਉਰੇ ਵੀ, ਚੱਲ ਕੋਈ ਨਾ ਕੋਈ ਕੁਰਸੀ ਲੈ ਲੈ ਜੇ, ਕੁਰਸੀ ਆਰਾਮ ਨਾਲ ਬੈਠ ਕੇ ਹੋਕਾ ਦੇਈ, ਚੱਲ ਇੱਥੇ ਹਾਕ ਮਾਰ ਕੇ ਬੁਲਾਇਆ ਕਰ। ਸਪੀਕਰ ਬੰਦ ਕਰਿਆ ਜੀ, ਉਹ ਛੋਟੇ ਜਿਹੇ ਸਪੀਕਰ ਲਾਇਆ ਹੋਇਆ। ਬਰਤਨ ਲੈ ਕੇ ਜੀ, ਬਰਤਨ ਲੈ ਲਓ ਜੀ, ਅਚਾਰ ਲੈ ਲਿਓ ਜੀ, ਅਚਾਰ ਜੀ। ਇਹ ਸਾਡਾ ਸੇਵਾਦਾਰ ਬਈ ਸਰਹੰਦ ਤੋਂ ਆਇਆ, ਪ੍ਰਸ਼ਾਦਾ ਮੈਨੂੰ ਨਹੀਂ ਦੇ ਕੇ ਜਾਣਾ, ਮੇਰੇ ਨਾਲ ਕਹਤੇ ਯਾਰ, ਹੁਣ ਤੂੰ ਦੁਸ਼ਮਣੀ ਕਰਦਾ ਹੈ। ਚਾਚਾ ਆ ਜਾ ਘਰ ਨੂੰ, ਟਰਾਲੀ ਤੇ ਕਢਾਇਆ ਮੇਰੇ ਨਾਲ, ਦੀਪਾ ਹੈਗਾ ਆ, ਸਮਾਨ ਵੀ ਲੈ ਕੇ ਜਾਣਾ।